ਉਸੇ ਤਰ੍ਹਾਂ ਕੋਲਿਆ ਉਹ ਲੱਗਾ ਜੂਸ ਪੀਣ ਦੇ ਲਈ ਰੁਕੇ ਇੱਕ ਸ਼ਖਸ ਤੋਂ ਲੁੱਟ ਖੋਹ ਕੀਤੀ ਗਈ। ਦਰਅਸਲ ਪਹਿਲਾਂ ਤੋਂ ਹੀ ਇਸ ਦੁਕਾਨ ਤੇ ਲੁਟੇਰੇ ਬੈਠੇ ਹੋਏ ਸੀ, ਜਿਨ੍ਹਾਂ ਨੇ ਜੂਸ ਫੜਾਉਣ ਦੇ ਬਹਾਨੇ ਇਸ ਸ਼ਖਸ ਦੀ ਉਂਗਲ ਦੇ ਵਿੱਚ ਪਾਈ ਅੰਗੂਠੀ ਨੂੰ ਲਾ ਲਿਆ ਔਰ ਮੌਕੇ ਤੋਂ ਫਰਾਰ ਹੋ ਗਏ। ਦਰਅਸਲ ਪਤੀ ਪਤਨੀ ਇਸ ਜੂਸ ਵਾਲੇ ਰੇਹੜੀ ਦੇ ਕੋਲ ਜੂਸ ਪੀਣ ਦੇ ਲਈ ਰੁਕੇ ਸੀ ਤਾਂ ਪਹਿਲਾਂ ਤੋਂ ਹੀ ਲੁਟੇਰੇ ਇੱਥੇ ਬੈਠ ਕੇ ਤਾਸ਼ ਖੇਡਦੇ ਪਏ ਸੀ ਤਾਂ ਜੂਸ ਫੜਾਉਣ ਦੇ ਬਹਾਨੇ ਉਹਨਾਂ ਲੁਟੇਰਿਆਂ ਨੇ ਇਸ ਸ਼ਖਸ ਦੀ ਉਂਗਲ ਦੇ ਵਿੱਚ ਪਾਈ ਸੋਨੇ ਦੀ ਰਿੰਗ ਨੂੰ ਉਤਾਰ ਲਿਆ ਔਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਮੌਕੇ ਤੇ ਖਿੱਚਤੂ ਵੀ ਕੀਤੀ ਗਈ ਤਾਂ ਸਵਾਲ ਹੁਣ ਦੁਕਾਨਦਾਰ ਤੇ ਉੱਠਦੇ ਨੇ ਕਿ ਉਸਦੀ ਮੌਜੂਦਗੀ ਦੇ ਵਿੱਚ ਉਸਦੀ ਦੁਕਾਨ ਤੇ ਇਹ ਲੁਟੇਰੇ ਪਹਿਲਾਂ ਹੀ ਬੈਠੇ ਹੋਏ ਸੀ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਧਿਆਣਾ ਫਿਰੋਜ਼ਪੁਰ ਰੋਡ ਤੇ ਦਿਨ ਦਿਹਾੜੇ ਲੁੱਟ ਕੀਤੀ ਗਈ। ਪਤੀ ਪਤਨੀ ਮੁੱਲਾਪੁਰ ਤੋਂ ਲੁਧਿਆਣੇ ਆ ਰਹੇ ਸੀ, ਬੱਦੋਵਾਲ ਦੇ ਨੇੜੇ ਜੂਸ ਦੀ ਰੇਹੜੀ ਉੱਤੇ ਖੜ ਗਏ, ਜੂਸ ਪੀਣ ਲੱਗ ਪਏ ਤਾਂ ਇੱਕ ਲੁਟੇਰੇ ਨੇ ਜੂਸ ਫੜਾਉਣ ਦੇ ਬਹਾਨੇ ਇਸ ਸ਼ਖਸ ਦੀ ਉਂਗਲ ਦੇ ਵਿੱਚ ਪਾਈ ਸੋਨੇ ਦੀ ਰਿੰਗ ਨੂੰ ਉਤਾਰ ਲਿਆ ਔਰ ਜਦੋਂ ਰੌਲਾ ਪਿਆ ਉਦੋਂ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸੀ। ਹਾਲਾਂਕਿ ਇਹਨਾਂ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪਰ ਕੋਈ ਵੀ ਮੁਲਾਜ਼ਮ ਇਹਨਾਂ ਦੇ ਕੋਲ ਨਹੀਂ ਪਹੁੰਚਿਆ ਤਾਂ ਲਗਾਤਾਰ ਇਹਨਾਂ ਪਤੀ ਪਤਨੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਉਂਗਲ ਦੇ ਵਿੱਚ ਪਾਈ ਸੋਨੇ ਦੀ ਰਿੰਗ ਬੜੇ ਹੀ ਸ਼ਾਤਰ ਢੰਗ ਦੇ ਨਾਲ ਲੁਟੇਰੇ ਲਾ ਕੇ ਲੈ ਗਏ। ਨਹੀਂ, ਅਸੀਂ ਤਾਂ ਜੂਸ ਪੀਣ ਲੱਗੇ ਸੀਗੇ, ਇੱਥੇ ਦੋ ਮੁੰਡੇ ਇੱਥੇ ਜੂਆ ਖੇਡੀਆਂ ਅਸੀਂ ਬੈਠੇ ਅਤੇ ਉਹਨਾਂ ਨੇ ਅੰਕਲ ਦੇ ਫਟਾਫਟ ਮੈਨੂੰ ਜੂਸ ਫੜਾ ਗਏ ਆ, ਇਹਨਾਂ ਦੇ ਫਟਾਫਟ ਮੁੰਦੀ ਲਾ ਲਈ, ਲਾ ਕੇ ਭੱਜ ਕੇ ਮੈਂ ਫੜਨ ਲੱਗੀ ਮੈਨੂੰ ਲਾਈ ਅਤੇ ਇਹਨਾਂ ਦੇ ਕੋਲੇ ਬੈਠੇ ਸੀ ਮੂਹਰੇ, ਕਦੇ ਉਹ ਜੂਆ ਜਿਹਾ ਖੇਡਦੇ ਕਿਵੇਂ ਮੈਂ ਤਾਂ ਚਲੋ ਉੱਧਰ ਇਹਨਾਂ ਦਾ ਜੂਸ ਲਿਆ ਕੇ ਮੈਨੂੰ ਫੜਾ ਕੇ ਗਿਆ ਜਾਣਦੇ ਨੇ ਬਸ। ਜਦੋਂ ਜੂਸ ਉਹਨੇ ਫੜਾਇਆ ਮੈਨੂੰ, ਹਾਂ ਜੂਸ ਵਾਲੇ ਦੇ ਬੰਦੇ ਹੀ ਆ ਇਹਦੇ ਹੋਣਗੇ, ਫਿਰ ਇਹਨੂੰ ਫੜਾ ਕੇ ਗਿਆ ਮੈਨੂੰ ਜੂਸ, ਮੈਨੂੰ ਨਹੀਂ ਪਤਾ ਜਾਣੇ ਬਸ ਜਦੋਂ ਮੈਂ ਝਟਕਾ ਮਾਰਿਆ ਪੈਸੇ ਦੇਣ ਲੱਗੇ ਸੀਗਾ ਜੂਸ ਵਾਲੇ, ਮੈਂ ਫੜਾ ਮੈਨੂੰ ਕਿਹਾ ਵਾ ਹਾਂ ਹੋਈ ਆ, ਮੈਨੂੰ ਖਿੱਚਿਆ ਮੋਟਰਸਾਈਕਲ ਤੋਂ, ਦੋ ਜਾਣੇ ਪਹਿਲਾਂ ਸੀਗੇ, ਚਾਰ ਪਰਾਂ ਖੜੇ, ਦੋ ਪਰਾਂ ਖੜੇ ਸੀ ਸੱਦਿਆ, ਹਾਂ ਦੋ ਘੰਟੇ ਹੋ ਗਏ ਸਾਡੀ ਕੋਈ ਸੁਣਾਈ ਨਹੀਂ ਹੋਈ ਵੀ ਆਏ, ਮੈਨੂੰ ਉਹ ਨਹੀਂ ਕਹਿ ਸਕਦੇ, ਮੈਂ ਦੇਖਿਆ ਨਹੀਂ ਗਾ ਬੈਠੇ ਉਹ ਪਹਿਲਾਂ ਬੈਠੇ ਸੀ ਸਾਡੇ ਨਾਲ, ਹੋਰ ਵੀ ਲੋਕ ਜੂਸ ਪੀ ਰਹੇ ਸੀ, ਗਰਮੀ ਕਾਰਨ ਅਸੀਂ ਵੀ ਰੁਕ ਗਏ ਆ ਤੇ ਬਸ ਅਸੀਂ ਇੱਥੇ ਬੈਠੇ, ਮੈਨੂੰ ਜੂਸ ਫੜਾ ਕੇ ਇਹਨਾਂ ਨੇ ਇੱਕ ਹੱਥ ਬੇਬ ਨੂੰ ਪਾਇਆ, ਜੂਸ ਸਾਨੂੰ ਪੈਸੇ ਦੇਣ ਲੱਗੇ ਆ ਤੇ ਸਾਨੂੰ ਝਟਕਾ ਮਾਰ ਕੇ ਲੈ ਗਏ। ਉਧਰ ਜੂਸ ਮੈਂ ਬਣਾ ਰਿਹਾ ਤਾਂ ਦੋ ਆਂਟੀ ਅੰਕਲ ਆਏ ਔਰ ਚਾਰ ਬੰਦੇ ਇੱਧਰ ਸੇ ਆਏ, ਮੈਂ ਇੱਧਰ ਜੂਸ ਬਣਾ ਰਿਹਾ ਤਾਂ ਸਾਹਮਣੇ ਉੱਧਰ ਜੂਆ ਪਤਾ ਨਹੀਂ ਕਿਆ ਖੇਲਣ ਲੱਗੇ, ਤੁਰੰਤ ਪਤਾ ਹਾਂ ਉੱਧਰ ਖੇਲਣ ਲੱਗੇ ਤੇ ਚਾਰ ਬੰਦੇ ਥੇ ਜੀ, ਕਿਆ ਕਰਕੇ ਗਏ ਪਤਾ ਨਹੀਂ, ਕਿਆ ਅੰਗੂਠੀ ਬੋਲ ਰਹੇ ਲੈ ਕਰ ਗਏ, ਅੰਗੂਠੀ ਕੁਛ ਨਹੀਂ ਦੇਖਾ, ਕਹਿ ਰਹੀ ਆਂਟੀ ਰੋ ਰਹੀ ਸੀ, ਨਹੀਂ ਨਹੀਂ ਹੱਥੋਂ ਪਾਈ ਕੁਛ ਨਹੀਂ ਹੁਆ, ਜਬਰਦਸਤੀ ਛੀਨ ਲਿਆ, ਪਤਾ ਨਹੀਂ ਮੇਰੇ ਕੋ ਭਾਈ, ਪਤਾ ਨਹੀਂ ਕੌਣ ਛੀਨਾ ਕਰ ਲਿਆ, ਪਤਲਾ ਸਾ ਅੰਕਲ ਕੋ ਪਕੜਾ ਰਹਾ ਥਾ ਭਾਈ, ਜਬਰਦਸਤੀ ਅੰਕਲ ਤੋਂ ਪਕੜ ਲਿਆ ਆਂਟੀ ਕੋ, ਜਬਰਦਸਤੀ ਅੰਕਲ ਆਂਟੀ ਵਾਲਾ ਜੂਸ ਜਬਰਦਸਤੀ ਛੀਨ ਕੇ ਉਸਕੋ ਦੇ, ਉਹ ਇੱਕ ਬੰਦਾ ਥਾ ਜਿਸਕਾ ਜੋ ਆਏ ਥੇ
वो ले जाके आंटी को पकड़ा दिया। उन्होंने चीनी कहाँ खेल रहे थे? दुआ यहाँ पे अड्डे के सामने खेल रहे। देख रहा था तू? आज मैंने नहीं देख रहा था जी, इधर काला जूस बना रहा था, आंटी जी बोली थी मेरे को अंकल आंटी। तो अभी आपके ऊपर इल्जाम लग रहे हैं कि आपने कुछ उसकी मदद नहीं की, वो उनके साथ छीना झपटी हो रही थी। भाई मैं इधर कल देख रहा हूँ दुकान जूस बना रहा था, इधर दो ग्राहक खड़े थे तीन, ठीक है ये काम हुआ सारा। हाँ जी यही हुआ। हाँ जी उधर हुआ, मैं इधर खड़ा हूँ बीच में, ठीक है इधर दो बंदे जूस पी रहे थे। जूस आपके पास पीने आए हैं, घटना यहाँ पर हो रही है, उधर कहाँ चले गए वो? आज वो आपके पास खड़े उधर? मैं उधर जी रस्सी लगाया हुआ है, इधर नहीं आते कोई लोग, उधर बैठने को जगह है जी, उधर ही जूस जूस देते हैं। तो ऐसे घटनाएं होंगी अक्सर, तेरे पास जूस पी रहे, तेरे पास ही घटना हुई है जी। हाँ जी घटना तो इधर ही हुआ है जी, मैं नहीं कह रहा हूँ नहीं हुआ है, पर कल मैं इधर जूस बना रहा था, उधर जुआ खेल रहे थे, इसमें मेरी क्या गलती, मैं थोड़ी ना बंदे को जानता हूँ। कल तुरंत आए थे भाई, पहले क्यों बैठे थे? मैंने कुछ नहीं देखा, अंगूठी उंगूठी नहीं देखा, धक्का मुक्की हुई आपने बताया नहीं उनको? भाई कुछ नहीं हुआ है, मैं नहीं देखा।